ਫਿਰੋਜ਼ਪੁਰ ਦੇ ਅੰਦਰ ਲਗਾਤਾਰ ਹੋ ਰਹੀਆਂ ਚੋਰੀਆਂ ਨੂੰ ਲੈ ਕੇ ਫਿਰੋਜ਼ਪੁਰ ਚੋਰੀ ਦਾ ਗੜ ਬਣ ਚੁੱਕਿਆ ਹੈ। ਲਗਾਤਾਰ ਚੋਰਾਂ ਦੇ ਵੱਲੋਂ ਸ਼ਹਿਰ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਤਾਜ਼ੀ ਘਟਨਾ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਫਿਰੋਜ਼ਪੁਰ ਕੈਂਟ ਇਲਾਕੇ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਚੋਰਾਂ ਨੇ ਇੱਕ ਨਿੱਜੀ ਹਸਪਤਾਲ ਦਾ ਸ਼ਟਰ ਤੋੜ ਕੇ ਹਸਪਤਾਲ ਦੇ ਵਿੱਚੋਂ 3,20,000 ਰੁਪਏ ਦੀ ਚੋਰੀ ਕਰਕੇ ਉੱਥੋਂ ਫਰਾਰ ਹੋ ਗਏ ਨੇ। ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਡਾਕਟਰ ਮ੍ਰਿਦੁਲਾ ਸ਼ਰਮਾ ਨੇ ਦੱਸਿਆ ਹੈ ਕਿ ਚੋਰਾਂ ਨੇ ਹਸਪਤਾਲ ਦਾ ਸ਼ਟਰ ਤੋੜਿਆ ਤੇ ਕੈਸ਼ ਕਾਊਂਟਰ ਤੋਂ 3,20,000 ਰੁਪਏ ਚੋਰੀ ਕਰਕੇ ਫਰਾਰ ਹੋਏ ਨੇ। ਸਰ ਕੀ ਮਾਮਲਾ ਸੀਗਾ ਜੀ? ਹਾਂਜੀ, ਐਕਚੁਲੀ ਮੇਰਾ ਹੋਸਪਿਟਲ ਹੈ ਐਸ ਐਸ ਪੀ ਨਿੰਦੋ ਸੈਕਟਰੀ ਹੋਸਪਿਟਲ। ਸਵੇਰੇ 4 ਵਜੇ ਦੇ ਕਰੀਬ 2 ਬੰਦੇ ਆਉਂਦੇ ਅਤੇ ਸ਼ਟਰ ਲੋਕ ਸੀਗਾ, ਸ਼ਟਰ ਤੋੜਿਆ। ਉਸ ਤੋਂ ਬਾਅਦ ਕੈਸ਼ ਕਾਊਂਟਰ ਤੋਂ 3,20,000 ਰੁਪਏ ਦੀ ਅਮਾਊਂਟ ਉਹ ਕੱਢ ਕੇ ਲੈ ਗਏ। ਅਤੇ ਇਸੇ ਵਾਸਤੇ ਪ੍ਰਸ਼ਾਸਨ ਨੂੰ ਦਰਖਾਸਤ ਹੈ ਕਿ ਵੀ ਕਿਤੇ ਅਗੇਂਸਟ ਸਟ੍ਰਿਕਟ ਐਕਸ਼ਨ ਲਿੱਤਾ ਜਾਵੇ। ਸਰ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ? ਮੈਨੂੰ ਪਤਾ ਲੱਗਿਆ ਜਦੋਂ ਸਵੇਰੇ ਸਟਾਫ ਆਇਆ ਅਤੇ ਉਹਨਾਂ ਨੇ ਦੱਸਿਆ ਕਿ ਵੀ ਐਵੇਂ ਕਰਕੇ ਕਿ ਆਪਣਾ ਜਿਹੜਾ ਕੈਸ਼ ਕਾਊਂਟਰ ਹੈਗਾ ਉਹਦਾ ਲੋਕ ਟੁੱਟ ਗਿਆ ਹੈ ਅਤੇ ਬਾਹਰੋਂ ਜਿਹੜਾ ਸ਼ਟਰ ਹੈ ਉਹਦਾ ਵੀ ਲੋਕ ਤੋੜਿਆ ਗਿਆ। ਪ੍ਰਸ਼ਾਸਨ ਤੋਂ ਕੀ ਮੰਗਾਂ ਦੇ? ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਬਈ ਜਿਹੜੀ ਜਾਇਜ਼ ਕਾਰਵਾਈ ਹੈ ਉਹ ਕਰਨ ਅਤੇ ਸਟ੍ਰਿਕਟਨੈਸ ਵਰਤੀ ਜਾਵੇ ਇਹਨਾਂ ਲੋਕਾਂ ਪਿੱਛੇ।